ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਐਨ ਕੇ ਐਸ ਦੇ ਸਟੂਡੈਂਟਸ ਨੂੰ ਵੈਲਕਮ ਬੈਕ। ਅੱਜ ਅਸੀਂ ਡੇ 22 'ਤੇ ਚੱਲ ਰਹੇ ਹਾਂ ਅਤੇ ਪੇਸਿੰਗ ਗਾਈਡ ਦੇ ਵਿੱਚ ਅਸੀਂ ਆਲਰੇਡੀ ਬੁੱਕ 1A ਕੀਤੀ ਹੈ। ਅਸੀਂ ਹੋਮਵਰਕ ਡਿਸਕਸ ਕੀਤਾ ਹੈ, ਗੁਰਮਤ ਦਾ ਲੈਸਨ ਪੜ੍ਹਿਆ ਅਤੇ ਹੁਣ ਅਸੀਂ ਗੁਰਬਾਣੀ ਕਰਾਂਗੇ। ਗੁਰਬਾਣੀ ਦੇ ਵਿੱਚ ਅਸੀਂ ਲਿਖਿਆ ਕਿ ਅਸੀਂ ਮੂਲ ਮੰਤਰ ਪਹਿਲੀ ਪੌੜੀ, ਦੂਸਰੀ ਪੌੜੀ, ਤੀਸਰੀ ਪੌੜੀ ਅਤੇ ਚੌਥੀ ਪੌੜੀ, ਕਿਉਂਕਿ ਤੁਸੀਂ ਸਿੱਖ ਲਈਆਂ ਇਹ ਪੌੜੀਆਂ, ਇਹਨਾਂ ਦਾ ਪਾਠ ਕਰਾਂਗੇ ਅਤੇ ਫਿਰ ਅਸੀਂ ਪੰਜਵੀਂ ਪੌੜੀ ਦੀਆਂ 2 ਲਾਈਨਾਂ ਮੈਮੋਰਾਈਜ਼ ਕਰਾਂਗੇ, ਠੀਕ ਹੈ। ਅਤੇ ਇਹਦੇ ਵਾਸਤੇ ਤੁਹਾਨੂੰ ਚਾਹੀਦੀ ਹੈ ਆਪਣੀ ਕਿਤਾਬ ਗੁਰਮੁਖ ਸਿੱਖਿਆ 1, ਅਤੇ ਤੁਸੀਂ ਵੀਡੀਓ ਪਾਜ਼ ਕਰਕੇ ਗੁਰਮੁਖ ਸਿੱਖਿਆ 1 ਲੈ ਕੇ ਆਓ ਅਤੇ ਉਹਨੂੰ ਤੁਸੀਂ ਆਪਣੇ ਪੇਜ ਨੰਬਰ 28 'ਤੇ ਖੋਲੋਗੇ, ਠੀਕ ਹੈ। ਸੋ ਆਈ ਸੀ ਯੂ ਸੂਨ। ਪੇਜ 28 ਦੇ ਉੱਤੇ ਤੁਹਾਡੇ ਕੋਲ ਖੰਡੇ ਹੈਗੇ ਨੇ। ਹੋਪਫੁਲੀ ਤੁਸੀਂ ਜਿਹੜੀਆਂ ਲਾਈਨਾਂ ਯਾਦ ਕੀਤੀਆਂ ਹੋਈਆਂ, ਤੁਸੀਂ ਇੱਕ ਇੱਕ ਖੰਡੇ ਨੂੰ ਕਲਰ ਕੀਤਾ ਹਰ ਲਾਈਨ ਤੁਸੀਂ ਮੈਮੋਰਾਈਜ਼ ਕਰਨ ਵਾਸਤੇ, ਅਤੇ ਹੋਪਫੁਲੀ ਯੂ ਹੈਵ ਮੈਮੋਰਾਈਜ਼ ਮੈਨੀ ਲਾਈਨਸ ਐਂਡ ਯੂ ਹੈਵ ਕਲਰਡ ਮੈਨੀ ਖੰਡਾਸ। ਦੇਰ ਆਰ 100 ਖੰਡਾਸ ਔਨ ਇਟ, ਰਾਈਟ। ਸੋ ਲੈਟਸ ਓਪਨ ਟੂ ਪੇਜ 29। So 29 tells us what Japuji Sahib is, that it is a Bani. You already know it. We don't need to do this again. So we're going to flip the page, actually page 30. Now, if you remember, if you have memorized all of this, you can sit, chonkri maar ke, hath jod ke, and you just do part from your mind. You can close your eyes if you want to. Otherwise, you can look into the book and you can read with me. Do the part with me, because I am going to show the words in this puthi, in this book. Theek hai? So this is Mool Mantar. So let's say Mool Mantar. Ek Omkar Satnam Karta Purakh Nirbhau Nirvair Akal Murth Ajuni Saipang Gur Prasad Jap Aad Sach Jugaad Sach Happy Sach Nanak Hosi Pi Sach. So that was Mool Mantra. Now turn the page and we will say the part of First Paudi. Now First Paudi only has, I think, 6 lines. So it should not be too hard. And if you haven't memorized, you need to do so. Make sure you start memorizing and I'll teach you how to memorize lines today. So say it after me. ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ, ਸਹਿ ਸਿਆਨ ਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਟਰਨ ਦ ਪੇਜ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ, ਇਕਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਟਰਨ ਪੇਜ। This is a long paudi. Gaavai ko taan hovai kisai taan, gaavai ko daat jaanai nisaan, gaavai ko gun vadiaiyan chaar, gaavai ko vidya vikham vichar, gaavai ko saaj kare tankhe, gaavai ko ji lai ਫਿਰ ਦੇ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ, ਕਥ ਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ।
ਦੇ ਦਾਦੇ ਲੈ ਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਫੋਰਥ ਪੌੜੀ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰੱਖੀਐ ਜਿੱਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿੱਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸੋ ਦਿਸ ਵਾਜ ਫੋਰਥ ਪੌੜੀ ਨਾਓ The next one, we have to memorize a few lines, and those lines are Jin Sevya. Oh, those are the last two lines, I think. Oh, no, the previous lines, first lines. Okay, so you already know Thapya na jaye, kirta na hoye, ape aap niranjar soye. Do you or you forgot? Okay, let's say one more time. Thapya na jaye. ਕੀਤਾ ਨਾ ਹੋਏ ਅਗੇਨ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਓਕੇ ਲੈਟਸ ਸੇ ਦ ਹੋਲ ਲਾਈਨ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਗੁੱਡ ਨਾਓ ਨੈਕਸਟ ਲਾਈਨ ਵੀ ਨੀਡ ਟੂ ਮੈਮੋਰਾਈਜ਼ ਇਸ Listen to me first. Jin Sevya Tin Paya Maan. Nanak Gaviye Guni Nidhan. Okay, now say after me. Jin Sevya Tin Paya Maan. Jin Sevya Tin Paya Maan. Again, Jin Sevya Tin Paya Maan. Now let's say the whole thing. Jin Sevya Tin Paya Maan. Jin Sevya Tin Paya Maan. Say it 10 times. Jin Sevya Tin Paya Maan. Jin Sevya Tin Paya Maan. Keep saying. Good job. Next line. Nanak. Say it after me. Nanak. Gaviye Guni Nidhan. Only four words. Nanak Gaviye Guni Nidhan. Nanak Gaviye Guni Nidhan. Nanak Gaviye. Nanak Gaviye. Nanak Gaviye Guni Nidhan. Guni Nidhan. Nanak Gaviye Guni Nidhan. Nanak Gaviye Guni Nidhan. Nanak Gaviye Guni Nidhan. Say it 10 times. Let's say both lines. Jin Sevya Tin Paya Maan. Nanak Gaviye Guni Nidhan. So now, all week, every day, you need to say all these podiyan, panch podiyan part, every single day. And if you don't remember a line, say it 10 times. Say it 10 times and you will memorize them. Okay? It's a good thing to memorize. Your brain will become sharper. You will become intelligent. You will become happier. You will be proud of yourself and we will be proud of you. So make sure you memorize your part. Make sure you memorize one line a day and that'll be amazing. You can memorize whole Japji Sahib in 1 year. Okay? I will see you soon. Vaheguru Ji Ka Khalsa, Vaheguru Ji Ki Fateh. Thank you so much for working so hard with me. Appreciate that.